ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀ ਵੀ ਨਾਲ ਜੁੜੇ ਹੋਏ ਹੋ ਤੁਸੀਂ ਔਰ ਮੈਂ ਵਿਪਨ ਗੈਰੀ। ਸੋ ਇਸ ਵਕਤ ਅਸੀਂ ਹਲਕਾ ਫਲੌਰ ਦੇ ਵਿੱਚ ਮੌਜੂਦ ਹਾਂ ਜਿੱਥੇ ਸਤਿਗੁਰੂ ਰਵਿਦਾਸ ਜਥੇਬੰਦੀਆਂ ਵੱਲੋਂ ਅੱਜ ਜਿਹੜਾ ਫਲੌਰ ਨੂੰ ਮੁਕੰਮਲ ਤੌਰ 'ਤੇ ਬੰਦ ਕੀਤਾ ਗਿਆ ਆ ਔਰ ਬੰਦ ਕਰਨ ਦੇ ਕੀ ਕਾਰਨ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਸਾਡੇ ਨਾਲ ਇਸ ਵਕਤ ਰਾਮ ਸਰੂਪ ਸਰੋਈ ਜੀ ਨੇ, ਉਹ ਵੱਡੇ ਸੀਨੀਅਰ ਆਗੂ ਨੇ, ਉਹਨਾਂ ਤੋਂ ਜਾਣਕਾਰੀ ਲਵਾਂਗੇ। ਸਰੋਆ ਜੀ, ਅੱਜ ਜਿਹੜਾ ਫਲੌਰ ਨੂੰ ਮੁਕੰਮਲ ਬੰਦ ਕੀਤਾ ਕੀ ਕਾਰਨ ਆ? ਦੇਖੋ, ਬਹੁਤ ਵੱਡੀ ਤ੍ਰਾਸਦੀ ਹੈ ਕਿ ਜਿਹੜਾ ਸਾਡਾ ਇਹ ਸਟੇਟ ਹੈ, ਇਹ ਸਟੇਟ ਦੇ ਵਿੱਚ ਲਗਭਗ 38-39% ਸ਼ੈਡਿਊਲਡ ਕਾਸਟ ਲੋਕ ਰਹਿੰਦੇ ਆ ਔਰ 38-39% ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਨੂੰ ਇੱਕ ਕਾਂਗਰਸ ਦੇ ਜਿਹੜਾ ਸਾਬਕਾ ਪ੍ਰੈਜ਼ੀਡੈਂਟ ਹੈ ਸੁਨੀਲ ਜਾਖੜ, ਉਹਦੇ ਵੱਲੋਂ ਤਾਰ ਤਾਰ ਕੀਤਾ ਗਿਆ। ਭਾਵੇਂ ਉਹਦਾ ਟਾਰਗੇਟ ਚਰਨਜੀਤ ਸਿੰਘ ਚੰਨੀ ਰਿਹਾ, ਲੇਕਿਨ ਚੰਨੀ ਦੇ ਨਾਲ ਨਾਲ ਪੂਰਾ ਸਮਾਜ ਜਿਹੜਾ ਉਹਦੀਆਂ ਜਿਹੜੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਗਿਆ ਔਰ ਮੈਂ ਬਤੌਰ ਸ਼ੈਡਿਊਲਡ ਕਾਸਟ ਔਰ ਮੈਂ ਚਰਨਜੀਤ ਸਿੰਘ ਚੰਨੀ ਦੀਆਂ ਜਿਹੜੇ ਕੀਤੇ ਕੰਮ ਸੀ ਜਾਂ ਜਿਹੜੇ ਕਾਂਗਰਸ ਸਰਕਾਰ ਨੇ ਇੱਕ ਵੱਡਾ ਮਤਲਬ CM ਦਾ ਚਿਹਰਾ ਬਣਾ ਕੇ ਔਰ CM ਬਣਾ ਕੇ ਦੂਸਰੀਆਂ ਰਾਜਨੀਤਿਕ ਧਿਰਾਂ ਕੋਲੋਂ ਇਹ ਮੁੱਦਾ ਖੋਹ ਲਿਆ ਸੀ ਕਿ ਕੋਈ ਕਹਿੰਦਾ ਸੀ ਕਿ ਅਸੀਂ ਡਿਪਟੀ CM ਬਣਾਵਾਂਗੇ, ਕੋਈ ਕਹਿੰਦਾ ਸੀ ਅਸੀਂ ਮਤਲਬ ਦੂਰ ਮਤਲਬ ਇੱਕ ਹਿੰਦੂ CM ਬਣਾਵਾਂਗੇ, ਇੱਕ ਡਿਪਟੀ SC CM ਬਣਾਵਾਂਗੇ। ਉਹ ਸਾਰੇ ਮੁੱਦੇ ਕਾਂਗਰਸ ਨੇ ਖੋਲ੍ਹੇ ਸੀ ਔਰ ਕਾਂਗਰਸ ਨੇ ਇੱਕ ਬਹੁਤ ਵੱਡਾ ਫੈਸਲਾ ਲੈ ਕੇ ਚੰਨੀ ਨੂੰ ਅੱਗੇ ਕੀਤਾ ਔਰ ਸਾਡਾ ਸ਼ੈਡਿਊਲਡ ਕਾਸਟ ਸਮਾਜ ਜਿਹੜਾ ਉਹਨਾਂ ਨੇ ਚੰਨੀ ਨੂੰ ਆਪਣਾ ਆਗੂ ਮੰਨ ਲਿਆ। ਜਿੱਦਾਂ ਕਿ ਅਸੀਂ ਬਹੁਜਨ ਸਮਾਜ ਪਾਰਟੀ ਵਿੱਚੋਂ ਅਸੀਂ ਲਿਫਟ ਕਰਕੇ ਅਸੀਂ ਕਾਂਗਰਸ ਜੁਆਇਨ ਕੀਤੀ ਔਰ ਸਾਡਾ ਇਹ ਮਤਲਬ ਅੱਜ ਦੇ ਦਿਨ 'ਤੇ ਮੈਂ ਬੜੇ ਦੁਖੀ ਮੰਦੇ ਨਾਲ ਕਹਿਣਾ ਚਾਹੁੰਦਾ ਕਿ ਜਿਹੜੀ ਕਾਂਗਰਸ ਜਮਾਤ ਆਪਣੇ ਆਪ ਨੂੰ ਸੈਕੂਲਰ ਪਾਉਂਦੀ ਆ, ਉਹਦਾ ਸਾਬਕਾ ਪ੍ਰਧਾਨ ਸ਼ੈਡਿਊਲਡ ਕਾਸਟਾਂ ਪ੍ਰਤੀ ਦਲਿਤਾਂ ਪ੍ਰਤੀ ਏਡੀ ਗੰਦੀ ਮਾੜੀ ਮਾਨਸਾ ਰੱਖਦਾ ਹੋਵੇ, ਉਹਦੇ ਲਈ ਮੈਂ ਇਹ ਚਾਹੁੰਦਾ ਕਿ ਅੱਜ ਤਾਂ ਪੰਜਾਬ ਫਲੌਰ ਬੰਦ ਆ, ਆਉਣ ਵਾਲੇ ਸਮੇਂ ਦੇ ਵਿੱਚ ਜੇ ਬਣਦੀ ਕਾਰਵਾਈ ਨਾ ਉਹਦੇ ਖਿਲਾਫ ਹੋਈ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਵੱਧ ਤੋਂ ਬਦਤਰ ਹੋ ਜਾਣਗੇ। ਸੋ ਜੇ ਗੱਲ ਕਰੀਏ ਜਿਹੜਾ ਉਹਨਾਂ ਨੇ ਇੱਕ ਬਿਆਨ ਦਿੱਤਾ ਆ ਚੰਨੀ ਜੀ ਦੇ ਖਿਲਾਫ ਜਾਂ ਪੂਰੇ SC ਸਮਾਜ ਨੂੰ ਕਹਿ ਸਕਦੇ ਵੀ ਟਾਰਗੇਟ ਕੀਤਾ ਆ, ਕਿਤਨਾ ਕਿਤੇ ਜਿਹੜੀ ਉਹਨਾਂ ਦੀ ਆ ਮਾਨਸਿਕਤਾ ਦੇ ਪਿੱਛੇ ਜਿਹੜੀ ਮਾਨਸਿਕਤਾ ਦੇਖੀ ਜਾ ਸਕਦੀ ਆ ਵੀ ਉਹ ਆਪਣੇ ਸਮਾਜ ਲਈ ਉਹਨਾਂ ਦੇ ਮਨ ਦੇ ਵਿੱਚ ਘਿਰਨਾ ਦਿਖ ਰਹੀ ਆ? ਨਹੀਂ, ਦੇਖੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਸਾਨੂੰ ਮਤਲਬ ਜੇਕਰ ਜਾਤੀਵਾਦੀ ਸਿਸਟਮ ਜਿੱਥੇ ਨਾ ਹੋਵੇ ਤਾਂ ਇੱਦਾਂ ਦੇ ਲਫ਼ਜ਼ ਜਿਹੜੇ ਉਹ ਮੂੰਹ 'ਚੋਂ ਨਿਕਲਣੇ ਨਹੀਂ ਚਾਹੀਦੇ, ਚਾਹੇ ਉਹ ਜਾਖੜ ਹੈ ਅਤੇ ਚਾਹੇ ਕੋਈ ਹੋਰ ਆਗੂ ਹੋਵੇ। ਸਾਡੀ ਤ੍ਰਾਸਦੀ ਹੈ ਕਿ ਸਾਡਾ ਦੇਸ਼ ਭਾਵੇਂ ਆਜ਼ਾਦ ਹੋ ਗਿਆ, ਭਾਵੇਂ ਅਸੀਂ ਕਹਿਣ ਨੂੰ ਕਹਿੰਦੇ ਹਾਂ ਕਿ ਸਾਡੇ ਦੇਸ਼ ਦੇ ਅੰਦਰ ਸੰਵਿਧਾਨਕ ਅਸੀਂ ਸੰਵਿਧਾਨਿਕ ਤੌਰ 'ਤੇ ਸਾਡਾ ਦੇਸ਼ ਚੱਲ ਰਿਹਾ, ਲੇਕਿਨ ਇਹ ਗੱਲ ਜਿਹੜੀ ਹੈ ਅੱਜ ਸਾਬਤ ਹੋਈ ਹੈ ਕਿ ਦੇਸ਼ ਦੋ ਸੰਵਿਧਾਨਾਂ ਦੇ ਤਹਿਤ ਚੱਲਦਾ। ਇੱਕ ਉਹ ਸੰਵਿਧਾਨ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਇੱਕ ਮਖੌਟਾ ਹੈ, ਲੇਕਿਨ ਦੂਜਾ ਸੰਵਿਧਾਨ ਜਿਹੜਾ ਮਨੂ ਨੇ ਦਿੱਤਾ ਮਨੂ ਸਿਮਰਤੀ, ਉਹਦੇ ਮੁਤਾਬਕ ਇਹ ਲੋਕ ਜਿਹੜੇ ਆ ਕਾਰਜ ਕਰਦੇ ਆ। ਅੱਜ ਮੰਦਰਾਂ ਦੇ ਵਿੱਚ ਤੁਲਸੀ ਦੀ ਰਮਾਇਣ ਪੜ੍ਹਾਈ ਜਾਂਦੀ ਹੈ ਜਿਹਦੇ ਵਿੱਚ ਲਿਖਿਆ ਕਿ ਸ਼ੂਦਰ ਢੋਰ ਪਸ਼ੂ ਔਰ ਨਾਰੀ ਇਹ ਸਭ ਤਾਰਨ ਕੇ ਅਧਿਕਾਰੀ, ਲੇਕਿਨ ਭਗਵਾਨ ਵਾਲਮੀਕਿ ਜਿਹੜੀ ਰਮਾਇਣ ਲਿਖੀ ਹੈ ਉਹ ਅੱਜ ਹਿੰਦੂ ਮੰਦਰਾਂ ਦੇ ਵਿੱਚੋਂ ਗਾਇਬ ਹੈ। ਇਸ ਕਰਕੇ ਮੈਂ ਇਹ ਬੜੇ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਕਿਉਂਕਿ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਮੈਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਪੜ੍ਹਿਆ ਔਰ ਅਡੋਪਟ ਕੀਤਾ ਔਰ ਮੈਨੂੰ ਮਾਣ ਹੈ ਕਿ ਮੈਂ ਮਾਨਵਰ ਕਾਂਸ਼ੀਰਮ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਇਹ ਰਾਜਨੀਤੀ ਦੀ ABC ਸਿੱਖੀ ਹੈ ਔਰ ਮੈਂ ਅੱਜ ਇਹ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਸ ਚੰਨੀ ਦੇ ਕਰਕੇ ਸਮਾਜ ਦੇ ਵਿੱਚ ਕਾਂਗਰਸ ਨੂੰ ਸ਼ੈਡਿਊਲਡ ਕਾਸਟ ਸਮਾਜ ਇੱਕ ਬਹੁਤ ਅੱਛੇ ਨਜ਼ਰੀਏ ਨਾਲ ਦੇਖ ਰਿਹਾ ਸੀ, ਅੱਜ ਉਹ ਕਾਂਗਰਸ ਜਮਾਤ ਦੇ ਨਾਲੋਂ ਇਸ ਬਿਆਨ ਦੇ ਕਰਕੇ ਅੱਜ ਉਹ ਸੋਚਣ ਦੇ ਲਈ ਮਜਬੂਰ ਹੈ ਕਿ BJP ਔਰ ਕਾਂਗਰਸ ਵਿੱਚ ਤਾਂ ਕੋਈ ਫਰਕ ਹੀ ਨਹੀਂ। ਜੇ ਗੱਲ ਕਰੀਏ ਜਿਹੜਾ ਇਹ ਜਾਖੜ ਸਾਹਿਬ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਸਮਾਜ ਦੇ ਵਿੱਚ ਬੜਾ ਰੋਸ ਆ, ਚਲੋ ਉਹ ਤਾਂ ਦੇਖ ਰਹੇ ਹਾਂ ਪੂਰੇ ਪੰਜਾਬ 'ਚ ਪੋਸਟਾਂ ਪੈ ਰਹੀਆਂ ਆ, ਹਰ ਜਿਹੜਾ SC ਸਮਾਜ ਦਾ ਬੰਦਾ ਆ ਉਹਦੇ ਵਿਰੋਧ ਦੇ ਵਿੱਚ ਗਿਆ ਅਤੇ ਜਾਖੜ ਸਾਹਿਬ ਨੇ ਜਿਹੜੀ ਆ ਉਹ ਮਾਫ਼ੀ ਵੀ ਮੰਗ ਲਈ ਆ ਆਪਣੇ ਪੇਜ ਦੇ ਉੱਤੇ, ਉਹ ਗੱਲ ਸ਼ੇਅਰ ਕੀਤੀ ਆ। ਕੀ ਮੰਗ ਕੀ ਹੈਗੀ, ਆਪਾਂ ਕੀ ਚਾਹੁੰਦੇ ਕੀ ਆ, ਹੁਣ ਕੀ ਕਾਰਵਾਈ ਕੀ ਹੋਣੀ ਚਾਹੀਦੀ ਉਹਨਾਂ 'ਤੇ? ਅਸੀਂ ਮਾਫ਼ੀ ਮੁਫੀ ਵਾਲੇ ਚੱਕਰ 'ਚ ਨਹੀਂ ਹੈਗੇ,
ਮਤਲਬ ਕੋਈ ਵੀ ਕਿਸੇ ਆਦਮੀ ਨੂੰ ਮਤਲਬ ਪੱਗ ਲਾ ਕੇ ਲੈ ਜਾਵੇ, ਫਿਰ ਕਹਿ ਦਿਓ ਜੀ ਵੇਖੋ ਗਲਤੀ ਹੋ ਗਈ। ਸਾਡੇ ਤਾਂ ਗੁਰੂਆਂ ਨੇ ਕਿਹਾ ਕਿ ਜੇ ਜੀਵੇ ਪਤ ਰੱਥੀ ਜਾਏ ਤੇ ਤਾਂ ਹਰਾਮ ਜੇ ਤਾਂ ਕਿਸ਼ਕਾਏ, ਕਿ ਜੇ ਤੁਹਾਡੀ ਪੱਗੇ ਕੋਲ ਲਾ ਕੇ ਲੈ ਗਿਆ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਫਿਰ ਤੁਹਾਡਾ ਜੀਣਾ ਮਰਨਾ ਖਾਣਾ ਪੀਣਾ ਵੀ ਹਰਾਮ ਹੈ ਤੁਹਾਨੂੰ। ਠੀਕ ਹੈ, ਅਸੀਂ ਉਸ ਗੁਰੂ ਸਾਹਿਬਾਨ ਦੇ ਸਿਧਾਂਤ ਨੂੰ ਲੈ ਕੇ ਅਸੀਂ ਰਾਜਨੀਤੀ 'ਚ ਆਏ ਹਾਂ, ਨਾ ਕਿ ਅਸੀਂ ਰਾਜਨੀਤੀ ਨੂੰ ਅਸੀਂ ਮਤਲਬ ਆਪਣਾ ਮਤਲਬ ਇਹ ਮੰਨਦੇ ਹਾਂ ਕਿ ਰਾਜਨੀਤੀ ਸਭ ਕੁਝ ਹੈ। ਅਸੀਂ ਰਾਜਨੀਤੀ ਨੂੰ ਸਭ ਕੁਝ ਨਹੀਂ ਮੰਨਦੇ, ਅਸੀਂ ਮੰਨਦੇ ਹਾਂ ਕਿ ਰਾਜਨੀਤੀ ਜਿਹੜੀ ਹੈ ਉਹ ਜ਼ਰੀਆ ਹੋ ਸਕਦਾ ਸੋਸ਼ਲ ਟਰਾਂਸਫਾਰਮੇਸ਼ਨ ਦਾ, ਇਕਨੋਮਿਕ ਟਰਾਂਸਫਾਰਮੇਸ਼ਨ ਦਾ, ਪੋਲੀਟੀਕਲ ਟਰਾਂਸਫਾਰਮੇਸ਼ਨ ਦਾ, ਲੇਕਿਨ ਰਾਜਨੀਤੀ ਇੰਡ ਨਹੀਂ ਹੈਗਾ। ਅਸੀਂ ਸਮਾਜ ਦੇ ਵਿੱਚ ਗੁਰੂ ਸਾਹਿਬਾਨ ਦਾ ਸਰਬੱਤ ਦੇ ਭਲੇ ਦੀ ਜਿਹੜਾ ਕਹਿ ਉਹਨਾਂ ਦਾ ਫਿਨਾਮਨ ਹੈ ਜਾਂ ਗੁਰੂ ਸਾਹਿਬਾਨ ਦਾ ਜਿਹੜਾ ਸਮਤਾ ਸਮਾਨਤਾ ਔਰ ਭਾਈਚਾਰੇ ਦਾ ਫਿਨਾਮਨ ਹੈ ਜਾਂ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਫਿਨਾਮਨ ਹੈ ਕਿ ਜਿਹਦਾ ਪ੍ਰੈਂਬਲ 'ਚ ਲਿਖਿਆ ਸੰਵਿਧਾਨ 'ਚ ਕਿ ਸਮਤਾ ਸਮਾਨਤਾ ਔਰ ਭਾਈਚਾਰਾ, ਸਮਾਜਿਕ ਬਰਾਬਰਤਾ, ਆਰਥਿਕ ਬਰਾਬਰਤਾ ਔਰ ਰਾਜਨੀਤਿਕ ਬਰਾਬਰਤਾ, ਇਸ ਪ੍ਰੈਂਬਲ 'ਚ ਲਿਖਿਆ ਬਾਬਾ ਸਾਹਿਬ ਡਾਕਟਰ ਅੰਬੇਡਕਰ। ਔਰ ਅਸੀਂ ਉਹ ਪ੍ਰੈਂਬਲ ਨੂੰ ਅਸੀਂ ਉਸ ਕੰਸਟੀਟਿਊਸ਼ਨ ਦੇ ਅੰਡਰ ਰਹਿ ਕੇ ਅਸੀਂ ਇਹ ਡਿਮਾਂਡ ਕਰਦੇ ਹਾਂ ਕਿ ਇਹ ਮਾਫੀ ਦੇ ਯੋਗ ਨਹੀਂ ਕਿ ਜੋ ਲਫ਼ਜ਼ ਨਹੀਂ ਵਰਤੇ ਆ ਕਿ ਜੁੱਤੀ ਜਿੰਨੀ ਵੀ ਮਰਜ਼ੀ ਮਹਿੰਗੀ ਹੋਵੇ ਉਹਦਾ ਸਥਾਨ ਸਿਰ 'ਤੇ ਨਹੀਂ ਹੋਣਾ ਚਾਹੀਦਾ। ਔਰ ਇਸ ਗੱਲ ਦੇ ਨਾਲ ਮਤਲਬ ਅਸੀਂ ਸਮਝਦੇ ਹਾਂ ਕਿ ਬਹੁਤ ਵੱਡੀ ਬੇਇਨਸਾਫੀ ਹੋਈ ਹੈ ਸਾਡੇ ਸਮਾਜ ਦੇ ਨਾਲ। ਔਰ ਚੰਨੀ ਸਾਹਿਬ ਇੱਕ ਵੈੱਲ ਐਜੂਕੇਟਡ ਪਰਸਨ ਹੈ, ਉਹਨਾਂ ਵਿੱਚ ਵੈੱਲ ਮਤਲਬ ਕੁਆਲਿਟੀ ਹੈ ਔਰ ਉਹ ਜੋ ਉਹਨਾਂ ਨੂੰ 111 ਦਿਨ ਮਿਲੇ ਆ ਉਹਦੇ ਵਿੱਚ ਉਹ ਕੁਸ਼ਲ ਪ੍ਰਸ਼ਾਸਕ ਸਫਲ ਪ੍ਰਸ਼ਾਸਕ ਹੋ ਕੇ ਨਿਬੜੇ ਆ, ਲੋਕਾਂ ਦਾ ਇਹ ਮੰਨਣਾ ਹੈ। ਸੋ ਜੇ ਗੱਲ ਕਰੀਏ ਜੋ ਜਾਖੜ ਸਾਹਿਬ ਨੇ ਇਹ ਕੰਮ ਕਰ ਦਿੱਤਾ, ਹਾਈ ਕਮਾਂਡ ਨੇ ਹਜੇ ਤੱਕ ਕੋਈ ਬਿਆਨ ਜਾਂ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆਪਣੀ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ ਜਾਂ ਕਾਂਗਰਸ ਦੇ ਨੁਮਾਇੰਦਿਆਂ ਵੱਲੋਂ ਵੀ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ? ਕਿਤੇ ਨਾ ਕਿਤੇ ਲੱਗ ਰਿਹਾ ਵੀ ਐਸੀ ਸਮਾਜ ਨਾਲ ਹਰ ਬੰਦਾ ਜਾਂ ਹਰ ਪੋਲੀਟੀਕਲ ਲੀਡਰ ਜਿਹੜਾ ਹੈ ਉਹ ਐਸੀ ਸਮਾਜ ਤੋਂ ਸੰਬੰਧ ਨਹੀਂ ਰੱਖਦਾ, ਉਹ ਕਿਤੇ ਨਾ ਕਿਤੇ ਖਾਰ ਖਾਂਦਾ ਦਿਖ ਰਿਹਾ। ਦੇਖੋ ਇਹਦੇ ਉੱਪਰ ਹਾਈ ਕਮਾਂਡ ਨੂੰ ਜਲਦ ਤੋਂ ਜਲਦ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਉਹ ਹਾਈ ਕਮਾਂਡ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ ਉਹ ਦਲਿਤਾਂ ਦਾ, ਸ਼ੈਡਿਊਲਡ ਕਾਸਟ ਲੋਕਾਂ ਦਾ, ਗੁਰਦਾਸ ਮਾਮਲੇ ਲੋਕਾਂ ਦਾ ਉਹ ਮਨ ਜਿੱਤ ਸਕੇ। ਜੇਕਰ ਉਹ ਹਾਈ ਕਮਾਂਡ ਕੋਈ ਰਿਐਕਟ ਨਹੀਂ ਕਰਦੀ, ਕੋਈ ਐਕਸ਼ਨ ਨਹੀਂ ਲੈਂਦੀ, ਤਾਂ ਮੈਨੂੰ ਲੱਗਦਾ ਕਿ ਖਾਸ ਕਰਕੇ ਅੱਜ ਇਸ ਰੀਜਨ 'ਚ ਆਪਾਂ ਖੜ੍ਹੇ ਦੁਆਬੇ 'ਚ ਜਿਹਦੇ ਦੁਆਬੇ ਨੇ ਕਾਂਗਰਸ ਦੀ ਇੱਜ਼ਤ ਬਚਾਈ ਹੈ, ਠੀਕ ਹੈ, ਇਹ ਮਤਲਬ ਜਿਹੜਾ ਖਿੱਤਾ ਆ ਇਹ ਵੀ ਕਾਂਗਰਸ ਦੇ ਕੋਲੋਂ ਜਾਂਦਾ ਰਹੇਗਾ। ਲੇਕਿਨ ਮੈਂ ਬਤੌਰ ਇੱਕ ਛੋਟਾ ਜਿਹਾ ਕਾਂਗਰਸ ਦਾ ਵਰਕਰ ਹੋਣ ਦੇ ਨਾਤੇ ਮੈਂ ਕਾਂਗਰਸ ਹਾਈ ਕਮਾਂਡ ਤੋਂ ਮੰਗ ਕਰਾਂਗਾ ਕਿ ਇਹਨੂੰ ਜਲਦ ਤੋਂ ਜਲਦ ਇਹਨੂੰ ਸੌਟ ਆਊਟ ਕੀਤਾ ਜਾਵੇ ਔਰ ਸੁਨੀਲ ਜਾਖੜ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ, ਬਾਹਰ ਦਾ ਰਸਤਾ ਦਿਖਾਇਆ ਜਾਵੇ ਔਰ ਉਹਦੇ ਖਿਲਾਫ਼ ਬਣਦੀ ਜਿਹੜੀ ਕਾਨੂੰਨੀ ਕਾਰਵਾਈ। ਸੋ ਕਾਨੂੰਨੀ ਕਾਰਵਾਈ ਦੇ ਵਿੱਚ ਕੀ ਚਾਹੁੰਦੇ ਆ ਆਪਾਂ ਨੂੰ, ਮਤਲਬ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ? ਬਿਲਕੁਲ ਉਹਦੇ 'ਤੇ ਪਰਚਾ ਦਰਜ ਹੋਣਾ ਚਾਹੀਦਾ, ਮਤਲਬ ਪਰਚਾ ਮਤਲਬ ਇਸ ਕਰਕੇ ਦਰਜ ਹੋਣਾ ਚਾਹੀਦਾ ਕਿ ਉਹਨੇ ਮਤਲਬ ਇਕੱਲੇ ਚੰਨੀ ਨੂੰ ਟਾਰਗੇਟ ਨਹੀਂ ਕੀਤਾ, ਉਹਨੇ ਪੂਰੇ ਸਮਾਜ ਨੂੰ ਐਸੀ ਸਮਾਜ ਟਾਰਗੇਟ ਕੀਤਾ। ਇੱਥੇ ਚੰਨੀ ਸਾਹਿਬ ਦੇ ਨਾਲ ਪੂਰਾ ਐਸੀ ਸਮਾਜ ਜੁੜਿਆ ਹੋਇਆ ਆ ਔਰ ਇੱਕ ਇੱਥੇ ਹੋਂਦ ਦੀ ਗੱਲ ਸਾਹਮਣੇ ਆ ਰਹੀ ਆ ਵੀ ਜੇ ਆਪਣੀ ਹੋਂਦ ਐਸੀ ਸਮਾਜ ਇਹ ਗੱਲ ਸਮਝ ਰਿਹਾ ਵੀ ਸਾਡੀ ਹੋਂਦ ਦੀ ਲੜਾਈ ਹੁਣ ਜਿਹੜੀ ਲੱਗਦਾ ਇਹ, ਕਿਉਂਕਿ ਜੇ ਉਹਨਾਂ ਨੇ ਇੱਕ ਬੰਦੇ ਨੂੰ ਟਾਰਗੇਟ ਕੀਤਾ ਹੈ ਸਮਝ ਲਓ ਸਾਰਿਆਂ ਨੂੰ ਟਾਰਗੇਟ ਹੋ ਗਿਆ, ਜਾਂ ਕੱਲ੍ਹ ਨੂੰ ਹੋਰ ਬੰਦਾ ਉੱਠ ਕੇ ਵੀ ਟਾਰਗੇਟ ਕਰ ਸਕਦਾ? ਇਹ ਤਾਂ ਮਤਲਬ ਦੇਖੋ ਤੁਸੀਂ ਪ੍ਰੈਸ ਨਾਲ ਜੁੜੇ ਹੋਏ ਲੋਕ ਹੈ, ਜੇ ਕਾਂਗਰਸ ਦੀ ਜਿਹੜੀ ਆਪਸੀ ਧੜੇਬੰਦੀ ਹੈ, ਕਿਉਂਕਿ ਮੈਂ ਤਾਂ ਮਤਲਬ ਬਾਅਦ ਵਿੱਚ ਆਇਆ, ਮਤਲਬ ਜਿਵੇਂ ਥੋੜ੍ਹੇ ਮਹੀਨਿਆਂ ਦੀ ਗੱਲ ਹੈਗੀ ਆ, ਲੇਕਿਨ ਕਾਂਗਰਸ ਦੇ ਵਿੱਚ ਜਿਹੜੀ ਮਤਲਬ ਇਹ ਇਸ ਵਾਰੀ ਦੀ ਹਾਰ ਹੈ, ਜੇ ਦੁਆਬੇ ਦੇ ਵਿੱਚ ਅਸੀਂ ਮਤਲਬ ਕਾਂਗਰਸ ਨੂੰ ਬਚਾਉਣ ਦੇ ਲਈ ਰੱਖੀ ਹੈ ਹਿੰਮਤ, ਅਸੀਂ ਕਾਂਗਰਸ ਦੇ ਵਿੱਚ ਇੱਥੋਂ ਫਲੋਰ ਤੋਂ ਅਸੀਂ ਵਿਧਾਇਕ ਬਣਾਇਆ ਕਾਂਗਰਸ ਦਾ, ਲੇਕਿਨ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਸਾਨੂੰ ਇਸ ਖਿੱਤੇ ਦੇ ਵਿੱਚ ਜੇ ਅਸੀਂ ਮਤਲਬ ਰਹਿੰਦ ਖੂੰਹਦ ਜਿਹੜੀ ਆ ਕਾਂਗਰਸ ਨੇ ਆਪਣਾ ਬਚਾਉਣਾ ਆ ਅਤੇ ਇਹਦੇ ਖਿਲਾਫ਼ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ। ਸੋ ਅੱਜ ਦਾ ਜਿਹੜਾ ਧਰਨਾ ਤੁਹਾਡਾ ਚੱਲ ਰਿਹਾ, ਇਸ ਤੋਂ ਬਾਅਦ ਨੈਕਸਟ ਕੀ ਪ੍ਰੋਗਰਾਮ ਹੋਇਆ? ਕਿਉਂਕਿ ਅੱਜ 2 ਵਜੇ ਤੱਕ ਦਾ ਜਿਹੜਾ ਆ ਪ੍ਰੋਗਰਾਮ ਆਪਾਂ ਰੱਖਿਆ ਹੋਇਆ, 2 ਵਜੇ ਜਿਹੜਾ ਮੈਮੋਰੈਂਡਮ SDM ਸਾਹਿਬ ਨੂੰ ਦਿੱਤਾ ਜਾਣਾ, ਉਸ ਤੋਂ ਬਾਅਦ ਅਗਲੀ ਕੀ ਪ੍ਰਤੀਕਿਰਿਆ ਹੋਊਗੀ? ਦੇਖੋ ਇਹ ਜਿਹੜਾ ਪ੍ਰੋਗਰਾਮ ਹੈਗਾ ਨਾ, ਇਹਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਔਰ ਸਾਰੇ ਮਤਲਬ ਗੁਰੂ ਰਵਿਦਾਸ ਸਭਾਵਾਂ, ਗੁਰੂ ਭਗਵਾਨ ਵਾਲਮੀਕ ਸਭਾਵਾਂ, ਡਾਕਟਰ ਅੰਬੇਡਕਰ ਮਿਸ਼ਨ ਸੋਸਾਇਟੀਆਂ, ਉਹ ਸਾਰਿਆਂ ਦਾ ਸਾਂਝਾ ਤੌਰ 'ਤੇ ਹੈ। ਠੀਕ ਹੈ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਵੇਂ ਮਤਲਬ ਤੁਸੀਂ ਦੇਖਦੇ ਹਾਂ ਕਿ ਗੁਰੂ ਰਵਿਦਾਸ ਨਗਰ ਕੀਰਤਨ ਜਿਹੜਾ ਫਲੋਰ ਵਿੱਚ ਹੁੰਦਾ,
मेरा ख्याल है वो इतिहासिक होंगे कि जे हालात मतलब कांग्रेस ने अपने डिफेंड करना बचा है तो फिर उस मतलब जो एक धरना लगा ये शॉर्ट नोटिस कल 5-6 बजे मीटिंग हुई है रात को कितने मैसेज लगा कितने नहीं लगा फिर सानू मतलब उस तरह मैं मेरी अपनी निजी राय है कि इन गैर राजनीतिक रखा जाए और सारिया सभावान ना लैके वही मीटिंग करके तहसील पद्धर की तो जिस तरह असं गुरुदास ना के शोभा यात्रा शामिल होने असी उदा का प्रोग्राम देवे तो पूरे पंजाब उदा का प्रोटेस्ट ही होगा मतलब जाखड़ में कोई बख्शन की कोई गुंजाइश कोई गुंजाइश नहीं जाखड़ हो जड़ा साढ़े समाज के नी जी प्रतिक्रिया आई है जो उन्हें मतलब लफ्ज वरते हैं वो ना काबले माफ़ी है तो ना असी समाज उन्होंने माफ़ी देने हक है। थैंक यू। सो राम स्वरूप सरोई जी साढ़े नाल लाहौर तो सीनियर कांग्रेस के आगू जिन्होंने जानकारी दी है भी सुनील जाखड़ वालों जिहड़ा बीते दिन एससी समाज के मुख्यमंत्री 111 दिन के मुख्यमंत्री रहे चरणजीत सिंह चन्नी हुणा नूं टारगेट करके जिहड़ा एससी समाज सारे नूं टारगेट किया आ उहदे खिलाफ़ जिहड़ी अज्ज फलौर दे विच मुकम्मल तौर पर बंद किया गया और फलौर दे विच इक वड्डे पद्धर दे उत्ते जिहड़ा धरना प्रदर्शन तुसीं देख रहे हो तस्वीरां दे विच चल रहा आ। सो मंग सारियां सतगुरु रविदास संभावां दी इही आ ते सुनील जाखड़ के उत्ते जिहड़ा आ एससी समाज नूं टारगेट करन दे खिलाफ़ उहनां दे खिलाफ़ मंदी शब्दावली बोलण लई उहदे उत्ते जिहड़ा आ परचा दर्ज किया जाए। सो देखते रहो अजीत वैब टीवी दोबारा नवी अपडेट लैके तुहाडे नाल फिर हाजिर होवांगे। सो फलौर दे विच लगातार जिहड़ा आ धरना प्रदर्शन रोस वगैरह जिहड़ा आ पंजाब दे सबका प्रधान कांग्रेस के सबका प्रधान जिहड़ा सुनील जाखड़ वालों दिता बयान है उहदे खिलाफ़ चल रहा आ और वख-वख जथेबंदियां वख-वख पार्टियां दे आगू जिहड़े आ हर एक चीज़ तो उपर उठ के जिहड़ा आ अज्ज 71 हो गए जिहड़ा उसका अज्ज विरोध कर रहे हैं और साडे नाल अंबेडकर सेना पंजाब तहसील फलौर के जिहड़े प्रेजीडेंट दीपक रसूलपुरी जी नाल आ उन्हां नाल गलबात करांगे। दीपक जी तुसीं भी इत्थे पहुंचे आ किद्दां देखदे आ जिहड़ा इह जाखड़ ने बयान दिता? देखो ये भारत देश आज़ाद होए नूं बेशक 74 साल हो गए पर एससी एसटी ओबीसी के धार्मिक घट गिणतियां ते जुर्म और तशद्दुद दे विच दिनों दिन वाधा हो रहा इस माड़ी मानसिकता के तहत साढ़े जिहड़े कांग्रेस के सुनील जाखड़ जी आ जिहड़े देश की मैंबर ऑफ पार्लीमेंट भी रह चुके सबका जिहड़े आ एम एल ए भी रह चुके अते पंजाब स्टेट की जिहड़ी कमांड कांग्रेस हाई कमांड ने उहदे हाथ दित्ती सी उन्हां वल्लों एक बड़ा ही मंदभागा बयान जिहड़ी मनुस्मृति के अकॉर्डिंग जिहड़ा बयान दिता गया कि जिहड़ा एससी एसटी हो गया इन्हां दी जिहड़ी जगह वह पैर च आ इन्हां ने कहा जेकर कांग्रेस सरकार उन्हां नूं पैर की जुत्ती नूं सिर दा ताज बनाया तां ही कांग्रेस सरकार जिहड़ी आ नतीजे भुगतने पए उन्हां दी बड़ी यह माड़ी जिहड़ी मानसिक आ कोझी जिहड़ी चाल आ एससी लोगों नूं जिहड़ा नीमा दिखालण दी उन्हां दी असीं अंबेडकर सेना पंजाब तहसील फलौर वल्लों सख्त जिहड़े शब्दां विच निखेधी करदे आ अते मानयोग पंजाब सरकार तो एससी कमिश्नर ऑफ पंजाब सरकार तो मंग करते हैं कि इन्हां दी जिहड़ी जगह आ बणदी वह देश की पार्लीमेंट जां देश की असैंबली च नहीं हैगी विधानसभा च नहीं हैगी इन्हां दी जिहड़ी बणदी आ जगह वह जेलों के बच्चे होनी चाहिए इन्हां दे अधीन एससी एससी एक्ट का परचा दर्ज करके इन्हां नूं जिहड़ी बणदा मान सन्मान वह जेल दीआं सलाखां दे विच पिछे सट के देना चाहिए तां जो जिहड़ा साढ़े स्टेट का साढ़े देश का जिहड़ा भाईचारक सांझ वह बनी रहे। सो साडे नाल दीपक रसूलपुरी सन अंबेडकर सेना पंजाब तहसील फलौर के प्रधान सन जिन्हां ने सानूं इह जानकारी दित्ती है जो सुनील जाखड़ वालों बयान दिता गया उसके खिलाफ जिहड़ी इह कार्रवाई कराउणगे और अज्ज इन्हां ने जिहड़ा 71 होकर डीएसपी फलौर और एसडीएम फलौर नूं मंग पत्र दिता है। देश दुनिया दीआं ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म के उत्ते उपलब्ध है। फेसबुक के उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर के उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।